ਬੀਐਸਐਫ ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਭਰ ਦੇ ਵਿੱਚ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਸਖਤੀ ਦੇ ਨਾਲ ਜਾਂਚ ਪੜਤਾਲ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਦੇ ਚੱਲਦੇ ਤੁਹਾਨੂੰ ਦੱਸ ਦਈਏ ਕਿ ਤਾਰਾਂ ਦੇ ਨਜ਼ਦੀਕ ਭਾਰਤ-ਪਾਕਿਸਤਾਨ ਦੀ ਜੋ ਸਰਹੱਦ ਹੈ ਉਸ ਦੇ ਨਾਲ ਪਿੰਡ ਪੈਂਦਾ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਖਾਲੜਾ ਉਸ ਖਾਲੜਾ ਪਿੰਡ ਦੇ ਵਿੱਚ ਦਰਵਾਰਾ ਸਿੰਘ ਪੁੱਤਰ ਚੰਨਣ ਸਿੰਘ ਕਿਸਾਨ ਦੇ ਜਦੋਂ ਖੇਤ ਦੀ ਚੈਕਿੰਗ ਕੀਤੀ ਗਈ ਕੋਈ ਸ਼ੱਕ ਪਿਆ ਤਾਂ ਜਦੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਚੈਕਿੰਗ ਕੀਤੀ ਗਈ ਉਸ ਚੈਕਿੰਗ ਦੇ ਦੌਰਾਨ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਾਂ ਜਦੋਂ ਚੈਕਿੰਗ ਕੀਤੀ ਗਈ ਦਰਵਾਰਾ ਸਿੰਘ ਪੁੱਤਰ ਚੰਨਣ ਸਿੰਘ ਦੇ ਕਿਸਾਨ ਦੇ ਖੇਤ ਦੇ ਵਿੱਚੋਂ ਇੱਕ ਡਰੋਨ ਮਿਲਦਾ ਜਿਸ ਦੇ ਨਾਲ ਕੇ 407 ਗ੍ਰਾਮ ਇਹ ਹੈ ਟੂਨ ਦੇਕਾ ਪੈਕੇਟ ਬਣਿਆ ਹੁੰਦਾ ਤੁਹਾਨੂੰ ਦੱਸ ਦਈਏ ਕਿ ਜਦੋਂ ਜਾਂਚ ਪੜਤਾਲ ਕੀਤੀ ਗਈ ਉਸ ਡਰੋਨ ਦੀ ਡੀਜੀਆਈ ਕੰਪਨੀ ਦਾ ਡਰੋਨ ਆ ਜੋ ਕਿ ਚਾਈਨਾ ਦਾ ਬਣਿਆ ਹੋਇਆ ਡਰੋਨ ਆ ਤਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਖਾਲੜਾ ਦੇ ਵਿੱਚ ਜਦੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜਦੋਂ ਦਰਵਾਰਾ ਸਿੰਘ ਪੁੱਤਰ ਚੰਨਣ ਸਿੰਘ ਕਿਸਾਨ ਦੇ ਖੇਤ ਦੀ ਚੈਕਿੰਗ ਕੀਤੀ ਗਈ ਤਾਂ ਉਸ ਚੈਕਿੰਗ ਦੇ ਦੌਰਾਨ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਕਿ ਇੱਕ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ ਕਿ 407 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬੰਨਿਆ ਹੋਇਆ ਸੀ ਤਾਂ ਜਦੋਂ ਉਸ ਡਰੋਨ ਦੀ ਜਾਂਚ ਪੜਤਾਲ ਕੀਤੀ ਗਈ ਉਹ DJI ਕੰਪਨੀ ਦਾ ਡਰੋਨ ਸੀ ਜੋ ਕਿ ਚਾਈਨਾ ਦੇ ਵੱਲੋਂ ਬਣਿਆ ਹੋਇਆ ਸੀ ਤਾਂ ਉਸ ਤੋਂ ਬਾਅਦ ਜਦੋਂ ਉਸ ਨੂੰ ਜ਼ਬਤ ਕਰ ਲਿਆ ਗਿਆ ਡਰੋਨ ਨੂੰ ਜ਼ਬਤ ਕਰ ਲਿਆ ਗਿਆ ਉਸ ਦੇ ਨਾਲ ਜੋ ਹੈਰੋਇਨ ਬੰਨੀ ਹੋਈ ਸੀ 407 ਗ੍ਰਾਮ ਉਸ ਨੂੰ ਜ਼ਬਤ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਆ ਕਿ ਕਿਸ ਤਰੀਕੇ ਡਰੋਨ ਸਰਹੱਦ ਤੋਂ ਇਸ ਪਾਰ ਆਇਆ ਤੇ ਹੋਰ ਵੀ ਜਾਂਚ ਪੜਤਾਲ ਕੀ ਇਸ ਡਰੋਨ ਦੇ ਨਾਲ ਕੋਈ ਭਾਰਤੀ ਵਿਅਕਤੀ ਸਬੰਧਤ ਹੈ ਜਾਂ ਕੋਈ ਪਾਕਿਸਤਾਨ ਦਾ ਵਿਅਕਤੀ ਹੈ ਜਿਸ ਦੇ ذریعے ਇਹ ਡਰੋਨ ਸਰਹੱਦ ਤੋਂ ਇਸ ਪਾਰ ਆਇਆ ਕੀ ਕਾਰਨ ਹੈ ਕਿ ਚਾਈਨਾ ਦਾ ਬਣਿਆ ਹੋਇਆ ਡਰੋਨ ਜੋ ਕਿ DJI ਕੰਪਨੀ ਦਾ ਉਸ ਦੇ ਸਬੰਧ ਦੇ ਵਿੱਚ ਉਸ ਦੇ ਨਾਲ 407 ਗ੍ਰਾਮ ਹੈਰੋਇਨ ਮੰਨ ਕੇ ਭਾਰਤ ਦੇ ਪਿੰਡ ਖਾਲੜਾ ਦੇ ਵਿੱਚ ਛੁੱਟੀ ਗਈ